ਭਗਵੰਤ ਮਾਨ ਕਿੱਕਲੀ ਪਾ ਰਹੇ ਨੇ, ਛੱਡੋ ਯਾਰ, ਮੁੱਖ ਮੰਤਰੀ ਹੋਵੇ ਲੁਧਿਆਣਾ ਆਏ, ਮੈਨੂੰ ਅਫਸੋਸ ਹੋਇਆ, ਤੁਸੀਂ ਪੰਜਾਬ ਦੇ CMO ਨਾਓ ਨੋਟ ਯੂਅਰ ਕਮੇਡੀਅਨ। ਰਾਜਾ ਬੜਿੰਗ ਵਾਸਤੇ ਚੈਲੰਜ ਕੀ ਹੈ ਇਸ ਵੇਲੇ? ਨੋ ਐਨੀ ਚੈਲੰਜ, 400 ਪਾਰ ਕੀ ਪਤਾ, 400 ਪਾਰ ਪੈਟਰੋਲ ਹੋਣਾ, ਗਾਂਹ ਤਾਂ ਨਹੀਂ ਕੁਛ ਲਿਖਿਆ, ਅਬ ਕੀ ਵਾਰ 400 ਪਾਰ ਇਹੀ ਲਿਖਿਆ ਨਾ, ਕੀ ਪਤਾ ਪੈਟਰੋਲ 400 ਪਾਰ ਹੋਣਾ, ਆਟੇ ਦੀ ਥੈਲੀ 400 ਪਾਰ ਹੋਣੀ ਆ, ਸਰੋਂ ਦਾ ਤੇਲ 400 ਪਾਰ ਹੋਣਾ, ਇੱਕ ਪਾਸੇ 13-0 ਇੱਕ ਪਾਸੇ 400, ਮਤਲਬ ਕਿ ਲੱਖਾਂ ਕੁਰਬਾਨੀਆਂ ਦੇਣ ਤੋਂ ਬਾਅਦ, ਆਜ਼ਾਦੀ ਤੋਂ ਬਾਅਦ ਸਾਨੂੰ ਵੋਟ ਦਾ ਰਾਈਟ ਮਿਲਿਆ। ਤੁਸੀਂ ਮਤਲਬ ਵੋਟ ਦੇ ਰਾਈਟ ਨੂੰ ਆਪਣੇ ਬਾਪ ਦੀ ਜ਼ਗੀਰ ਸਮਝ ਲਿਆ? ਸਿਆਸੀ ਅਖਾੜੇ ਦੇ ਵਿੱਚ ਹਰ ਕੋਈ ਕੈਂਡੀਡੇਟ ਆਪਣੀ ਕਿਸਮਤ ਅਜਮਾ ਰਿਹਾ ਹੈ, ਲੇਕਿਨ ਕੁਛ ਲੋਕ ਇਸ ਤਰ੍ਹਾਂ ਵੀ ਨੇ ਜਿਹੜੇ ਕਿ ਪਾਵਰ ਬਿਲਡਰ ਹੁੰਦੇ ਨੇ, ਕੁਛ ਐਸੇ ਲੋਕ ਨੇ ਜੋ ਕਿ ਚਾਹੇ ਚੋਣ ਨਹੀਂ ਲੜ ਰਹੇ ਲੇਕਿਨ ਫਿਰ ਵੀ ਇੱਕ ਸੱਤਾ ਨੂੰ ਬਣਾਉਣ ਦੇ ਵਿੱਚ ਵੱਡਾ ਕੰਮ ਕਰਦੇ ਨੇ। ਜੀ ਹਾਂ, ਲੁਧਿਆਣੇ ਦੀ ਸਿਆਸਤ ਦੀ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਉਹ ਅਕਸਰ ਰਹਿੰਦੇ ਨੇ ਔਰ ਸਿਆਸਤ ਦੇ ਵਿੱਚ ਆਪਣਾ ਰੋਲ ਜ਼ਰੂਰ ਅਦਾ ਕਰਦੇ ਨੇ, ਤਾਂ ਇਸ ਵਾਰ ਮੈਂਬਰ ਪਾਰਲੀਮੈਂਟ ਦੀ ਚੋਣਾਂ ਨੇ, ਆਪ ਚਾਹੇ ਉਹ ਖੜ੍ਹੇ ਨਹੀਂ ਹੋਏ ਲੇਕਿਨ ਰਾਜਾ ਵੜਿੰਗ ਵਾਸਤੇ ਪ੍ਰਚਾਰ ਕਰ ਰਹੇ ਨੇ। ਗੱਲਬਾਤ ਕਰਾਂਗੇ ਔਰ ਸਭ ਤੋਂ ਪਹਿਲੀ ਆਡੀਓ ਦੀ ਗੱਲਬਾਤ ਕਰਾਂਗੇ ਕਿ ਆਡੀਓ ਵਾਇਰਲ ਹੋਈ ਤੁਹਾਡੀ, ਤੁਸੀਂ ਕੀਤੀ ਆਡੀਓ ਵਾਇਰਲ, ਅਤੇ ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਜੋ ਜਵਾਬ ਦਿੱਤਾ ਉਹ ਤੁਹਾਨੂੰ ਪਤਾ ਹੀ ਹੈ, ਕਾਰਨ ਕੀ ਹੈ, ਕਿਸ ਤਰ੍ਹਾਂ ਦੇਖਦੇ ਹੋ ਰਵਨੀਤ ਬਿੱਟੂ ਨੂੰ ਸਭ ਤੋਂ ਪਹਿਲੇ ਅਗਰ ਤੁਹਾਡੀ ਸਿਆਸੀ ਕਰੀਅਰ ਦੀ ਗੱਲ ਕੀਤੀ ਜਾਵੇ? ਫਿਰ ਮੈਂ ਆਡੀਓ ਵਾਇਰਲ ਕਰਕੇ ਕੋਈ ਮੈਂ ਖੁਸ਼ ਨਹੀਂ ਹੈਗਾ, ਮੈਂ ਸਮਝਦਾ ਮੇਰਾ ਆਪਣਾ ਕਦ ਨੀਵਾਂ ਹੋਇਆ ਉਹਦੇ ਨਾਲ, ਪਰ ਮੇਰੀ ਮਜਬੂਰੀ ਬਣਾ ਦਿੱਤੀ। ਤੁਸੀਂ 3 ਵਾਰੀ ਦੇ ਪਾਰਲੀਮੈਂਟ ਦੇ ਮੈਂਬਰ, 4ਵੀਂ ਵਾਰੀ ਤੁਸੀਂ ਕੰਟੈਸਟ ਕਰ ਰਹੇ ਹੋ, ਮੁੱਦਾ ਸਵੇਰੇ ਉੱਠਦੇ ਹੋ ਰਾਜਾ ਵੜਿੰਗ ਵਾਰਲਾ ਅਤੇ ਬੈਂਸ ਦੇ ਮੁਕੱਦਮਿਆਂ ਦੀ ਗੱਲ, ਮੈਂ ਮਜਬੂਰ ਹੋ ਗਿਆ ਜਦੋਂ ਹਰ ਦੋ ਦਿਨ ਬਾਅਦ ਅਤੇ ਮੈਂ ਮਜਬੂਰ ਹੋ ਕੇ ਆਡੀਓ, ਹਜੇ ਇੱਕ ਆਡੀਓ ਭੇਜਿਆ ਜਿਹਨੂੰ ਮਾਵਾਂ ਭੈਣਾਂ ਸੁਣ ਸਕਦੀਆਂ, ਧੀਆਂ ਸੁਣ ਸਕਦੀਆਂ, ਜਿਹੜੇ ਦੂਸਰੇ ਆਡੀਓ ਹੋ ਸਕਦਾ ਉਹ ਆਡੀਓ ਕੋਈ ਪਰਿਵਾਰ ਦੇ ਵਿੱਚ ਬੈਠ ਕੇ ਧੀ ਭੈਣ ਨਾ, ਮੇਰੇ ਮੈਂ ਕਹੂੰਗਾ ਵੀ ਮੇਰਾ ਸਿਰ ਨੀਵਾਂ ਹੋਊਗਾ। ਮੈਂ ਇਹ ਗੰਦੀ ਛੋਟੀ ਥੁੱਕ ਚੱਟ ਰਾਜਨੀਤੀ 'ਚ ਕਦੇ ਪਿਆ ਨਹੀਂ ਹੈਗਾ। ਮੈਂ ਮੀਡੀਆ ਦੇ ਜ਼ਰੀਏ ਸੁਨੇਹ ਵੀ ਭੇਜੇ ਵੀ ਇਹ ਸ਼ੋਭਾ ਨਹੀਂ ਦਿੰਦੀ ਗੱਲ, ਜੇ ਤਾਂ ਬੈਂਸ ਆ ਜਾਂਦਾ ਤੇਰੀ ਬੇੜੀ ਨੂੰ ਮੋਢਾ ਲਾਉਣ ਵਾਸਤੇ ਜਿਹੜੀ ਡਗਮਗਾ ਰਹੀ ਹੈ ਬੁਰੀ ਤਰ੍ਹਾਂ, ਫਿਰ ਤਾਂ ਬੈਂਸ ਸੱਚਾ ਸਾਫ਼ ਸੁਥਰਾ ਪਾਕ, ਅਤੇ ਜੇ ਬੈਂਸ ਤੇਰੇ ਕੋਲ ਨਹੀਂ ਆਇਆ ਫਿਰ ਉਹ ਰੇਪਿਸਟ ਵੀ ਬਣ ਗਿਆ, ਫਿਰ ਉਹ ਜ਼ਮੀਨ ਜਾਇਦਾਦਾਂ ਦੇ ਕਬਜ਼ੇ ਕਰਨ ਵਾਲਾ ਵੀ, ਬਿਜਲੀ ਚੋਰ ਵੀ ਅਤੇ ਸੇਲ ਟੈਕਸ ਵੀ ਚੋਰ ਬਣ ਗਿਆ। ਸੋ ਇਸ ਕਰਕੇ ਮੈਂ ਆਡੀਓ ਵਾਇਰਲ ਕਰਕੇ ਆਪਣੇ ਆਪ ਨੂੰ ਵੱਡਾ ਨਹੀਂ ਕੀਤਾ, ਮੈਂ ਸਮਝਦਾ ਕਿ ਕਿਸੇ ਨਾਲ ਮੇਰੀ ਹੋਈ ਟੌਕ ਨੂੰ ਮੈਂ ਪਬਲਿਕ ਕਰ ਦੇਵਾਂ ਇਹ ਮੇਰੀ ਸ਼ਾਨ ਦੇ ਵੀ ਖਿਲਾਫ਼ ਹੈ। ਪਰ ਜਿਸ ਤਰੀਕੇ ਨਾਲ ਕਹਿ ਰਹੇ ਮੈਂ ਪਰਚਾ ਦਰਜ ਕਰਾ ਦੂੰਗਾ, ਮੈਂ ਉਹਨਾਂ ਨੂੰ ਕਦੋਂ ਰੋਕਿਆ, ਹੱਥ ਪੜਿਆ ਵੀ ਪਰਚਾ ਨਾ ਕਰਾਉਣ? ਮੇਰੇ ਤੋਂ ਤਾਂ ਪਹਿਲਾਂ 30 ਚੱਲਦੇ, 31 ਉਹ ਕਰਾ ਲੈਣ, ਡਰ ਤਾਂ ਨਹੀਂ ਲੱਗੂ? ਅਤੇ ਡਰ 30 'ਚ ਨਹੀਂ ਲੱਗਿਆ, 30 'ਚ ਕਦੇ ਡਰ ਨਹੀਂ ਲੱਗਿਆ, ਦੋਸ਼ ਲੱਗਣੇ ਅਤੇ ਦੋਸ਼ ਸਾਬਤ ਹੋਣੇ, ਜ਼ਮੀਨ ਆਸਮਾਨ ਦਾ ਫਰਕ ਹੈ। ਮੇਰੇ 'ਤੇ ਮੁਕੱਦਮਿਆਂ ਦੇ ਵਿੱਚ ਦੋਸ਼ ਲੱਗਦੇ ਆ, ਅਦਾਲਤ ਦੇ ਅੰਦਰ ਦੋਸ਼ ਸਾਬਤ, ਦੁੱਧਾ ਦੁੱਧ ਅਤੇ ਪਾਣੀ ਦਾ ਪਾਣੀ, ਅਤੇ ਮੈਂ ਹਰ ਸਾਲ 5-7 ਮੁਕੱਦਮਿਆਂ ਦੇ ਵਿੱਚੋਂ ਬਰੀ ਹੋ ਕੇ ਸੰਗਤ ਦੇ ਵਿੱਚ ਆ ਜਾਂਦਾ। ਰਾਜਾ ਵੜਿੰਗ ਦੀ ਗੱਡੀਆਂ ਦੀ ਉਹ ਚਰਚਾ ਕਰਦੇ ਨੇ ਕਿ ਗੱਡੀਆਂ ਉਹਨਾਂ ਕੋਲ ਡਿਫੈਂਡਰ ਹੈ, ਉਹ ਕਿੱਥੋਂ ਆਈਆਂ, ਉਹਨਾਂ ਕੋਲ ਪੈਸੇ ਕਿੱਥੋਂ ਆਏ, ਕਿਵੇਂ ਉਹਨਾਂ ਕੋਲ ਇੰਨੇ ਐਸਟ ਬਣ ਗਏ? ਸੋ ਯਾਰ ਇਹ ਕੋਈ ਮੁੱਦੇ ਦੀ ਗੱਲ ਹੈਗੀ ਹੈ, ਮੇਰੀ ਇੱਕ ਗੱਲ ਦਾ ਜਵਾਬ ਦਿਓ। ਤੁਸੀਂ 3 ਵਾਰੀ ਪਾਰਲੀਮੈਂਟ ਦੇ ਮੈਂਬਰ ਰਹੇ, ਪਹਿਲਾਂ ਤੁਸੀਂ ਆਪਣੀਆਂ ਪ੍ਰਾਪਤੀਆਂ ਗਿਣਾਓ, ਆਪਣਾ ਵਿਜ਼ਨ ਦਿਓ। ਉਹ ਕਹਿੰਦੇ ਮੈਂ ਤਾਂ ਬਹੁਤ ਕੁਛ ਲੈ ਕੇ ਆਇਆ ਜੋ ਲੁਧਿਆਣੇ ਵਾਸਤੇ ਮੈਂ ਲੈ ਕੇ ਆ। ਸਾਰੇ ਲੋਕ ਬੈਠੇ ਆ, ਪੁੱਛ ਲਓ, ਤੁਸੀਂ ਬਾਹਰ ਜਾ ਕੇ ਪੁੱਛ ਲਓ, ਇਹਨਾਂ ਲੋਕਾਂ ਤੋਂ ਇਲਾਵਾ ਪੁੱਛ ਲਓ। ਸੋ ਤੁਸੀਂ ਜਾਤੀ ਤੌਰ 'ਤੇ ਕਿਸੇ ਦੀ
ਕੋਈ ਗੱਡੀ ਕਿੱਥੋਂ ਆਈ, ਕੋਠੀ ਕਿੱਥੋਂ ਆਈ, ਇਹ ਸਮਾਨ ਕਿੱਥੋਂ ਆਇਆ, ਮੇਰੇ 'ਤੇ ਕਿੰਨੇ ਇਲਜ਼ਾਮ ਲੱਗਦੇ ਆ। ਬੈਂਸ ਨੇ 10 ਕਿੱਲਿਆਂ ਦਾ ਜੀ ਫਾਰਮ ਹਾਊਸ ਬਣਾ ਲਿਆ। ਮੈਂ ਕਿਹੜਾ ਡਾਕਾ ਮਾਰਿਆ, ਮੈਂ ਕਿਹੜਾ ਚੋਰੀ ਕੀਤੀ ਆ, ਨਾ ਰਾਜੇ ਬੜਿੰਗ ਨੇ ਡਾਕਾ ਮਾਰਿਆ ਨਾ ਚੋਰੀ ਕੀਤੀ ਆ। ਦੱਸਾਂ ਨਾ ਉਹਦੀ ਕਿਰਤ ਕਮਾਈ ਦੇ ਵਿੱਚੋਂ ਲੋਕਾਂ ਨਾਲ ਠੱਗ ਅਤੇ ਫਰੇਬ ਬੜਾ ਧੰਦਾ ਪਰੇ ਰੱਖਦੇ ਹੋਏ ਬਾਬੇ ਦੀ ਫੁੱਲ ਕਿਰਪਾ, ਚਾਹੇ ਉਹ ਰਾਜਾ ਬੜਿੰਗ ਆ ਅਤੇ ਚਾਹੇ ਬੈਂਸ ਆ। ਤਾਂ ਹੁਣ ਸਿਰ ਧੜ ਦੀ ਬਾਜ਼ੀ ਲੱਗੀ 101% ਬਾਬੇ ਦੀ ਫੁੱਲ ਕਿਰਪਾ, ਰਾਜਾ ਬੜਿੰਗ ਜਿੱਤ ਚੁੱਕੇ ਹਾਂ ਅਸੀਂ। ਅੱਛਾ, ਜਿਹੜਾ ਵਿਕਟਰੀ ਸਟੈਂਡ ਬਣਨਾ ਪੰਜਾਬ ਦਾ, ਇਹ ਜਿਹੜੀ ਸਾਡੀ ਜਦੋਜਹਿਦ ਅਤੇ ਹੋਣ ਵਾਲੀ ਕੰਪੇਨ ਆ, ਉਹ ਨੰਬਰ 1 ਪੰਜਾਬ ਦੇ ਅੰਦਰ ਲੀਡ ਲਿਆਉਣ ਵਾਸਤੇ ਚੱਲ ਰਹੀ। ਭਗਵੰਤ ਮਾਨ ਕੀਕਲੀ ਪਾ ਰਹੇ ਨੇ, ਛੱਡੋ ਯਾਰ, ਮੁੱਖ ਮੰਤਰੀ ਹੋਵੇ, ਲੁਧਿਆਣਾ ਆਏ, ਮੈਨੂੰ ਅਫਸੋਸ ਹੋਇਆ। ਤੁਸੀਂ ਪੰਜਾਬ ਦੇ CMO ਨਾਓ ਨੋਟ ਯੂਅਰ ਕਮੇਡੀਅਨ, ਤੁਸੀਂ ਹੁਣ ਕਮੇਡੀਅਨ ਨਹੀਂ ਹੈਗੇ, ਤੁਸੀਂ CMO, ਤੁਸੀਂ ਵਿਜ਼ਨ ਦੇ ਕੇ ਜਾਣਾ, ਮਾਨਚੈਸਟਰ ਆਫ ਇੰਡੀਆ, ਇੰਡਸਟਰੀ ਦੀ ਹੱਬ ਲੁਧਿਆਣਾ, ਪੰਜਾਬ ਦੀ ਨਹੀਂ ਦੇਸ਼ ਦੀ ਟੌਪ 10 ਜਿਹੜੇ ਸਭ ਤੋਂ ਵੱਧ ਰੈਵਨਿਊ ਦਿੰਦੇ ਆ ਲੁਧਿਆਣਾ, ਤੁਸੀਂ ਵਿਜ਼ਨ ਕੀ ਦਿੱਤਾ? ਮੇਰਾ ਖਿਆਲ ਇੱਕ ਬੋਲ ਗਏ, ਰਾਜਾ ਬਿੱਟੂ ਗੱਪੀ ਅਤੇ ਜਿੱਤੂਗਾ ਸ਼ਾਇਦ ਪੱਪੀ, ਕੁਛ ਇੱਦਾਂ ਦਾ ਬੋਲ ਯਾਰ। ਇਹ CM ਦੇ ਬੋਲਣ ਦੀਆਂ ਗੱਲਾਂ, ਤੁਸੀਂ ਵਿਜ਼ਨ ਦੇ ਕੇ ਜਾਓ ਵੀ ਮੇਰੇ ਕੈਂਡੀਡੇਟ ਨੂੰ ਵੋਟ ਕਾਸਟ ਕਰੋ, ਮੈਂ, ਮੇਰੀ ਸਰਕਾਰ, ਮੇਰੀ ਪਾਰਟੀ ਇਸ ਲੋਕ ਸਭਾ ਮੈਂਬਰ ਦੇ ਜ਼ਰੀਏ ਲੁਧਿਆਣੇ ਦੇ ਅੰਦਰ ਆਹ ਜਿਹੜੀਆਂ ਦਿੱਕਤਾਂ ਨੇ ਇਹਨਾਂ ਦਾ ਹੱਲ ਕਰੂਗੀ, ਅਤੇ ਆਹ ਅਸੀਂ ਲੁਧਿਆਣੇ ਦੀ ਬੈਟਰਮੈਂਟ ਡਿਵੈਲਪਮੈਂਟ ਵਾਸਤੇ ਆਹ ਕੰਮ ਕਰਾਂਗੇ। ਦਿੱਤਾ ਕੁਛ? ਸੋ 26 ਮਹੀਨਿਆਂ ਦੇ ਵਿੱਚ ਆ ਬੈਠੇ ਆ ਲੋਕ, ਤਰਾਈ ਤਰਾਈ ਹੋਈ ਪਈ ਆ। ਤੁਸੀਂ ਵੀ 26 ਮਹੀਨੇ ਐਬਸੈਂਟ ਹੀ ਰਹੇ ਹੋ, ਅਤੇ ਫਿਰ ਹੁਣ ਜਦੋਂ ਖੱਚਰਾਂ ਦੇ ਉੱਤੇ ਸ਼ੇਰ ਦੀ ਖੱਲ ਪਾ ਦੇਣ ਲੋਕ, ਮੈਂ ਥੋੜ੍ਹੀ ਲਾਉਣੀ ਆ, ਉਹ ਜਿਨ੍ਹਾਂ ਨੇ ਪਾਈ ਆ ਉਹਨਾਂ ਨੇ ਹੀ ਲਾਉਣੀ ਆ। 26 ਮਹੀਨਿਆਂ 'ਚ ਇਹਨੂੰ ਦੇੜਤੀ ਫੜ ਕੇ ਵੀ ਇਹਨਾਂ ਦੇ ਥੱਲੇ ਹੈ ਕੀ ਸੀ? ਰਾਜਾ ਬੜਿੰਗ ਵਾਸਤੇ ਚੈਲੰਜ ਕੀ ਹੈ ਇਸ ਵੇਲੇ? ਨੋ ਐਨੀ ਚੈਲੰਜ ਪੱਪੀ, ਮੈਂ ਕਿਹਾ ਚੈਲੰਜ ਹੀ ਕੋਈ ਨਹੀਂ ਗਾ। ਮੈਂ ਕਦੇ ਸੱਟਾ ਨਹੀਂ ਲਾਇਆ ਜੂਆ ਜਾ, ਮੈਨੂੰ ਨਹੀਂ ਪਤਾ ਕਿਵੇਂ ਖੇਡਿਆ ਜਾਂਦਾ, ਪਰ ਸੱਟਾ ਲਾਉਣ ਵਾਲੇ ਦੋਸਤ ਇਹ ਦੱਸ ਜਾਂਦੇ ਆ, ਰਾਜਾ ਬੜਿੰਗ ਦੇ ਉੱਤੇ 18 ਪੈਸੇ, ਝਾੜੂ ਦੇ ਉੱਤੇ 45 ਪੈਸੇ, ਬਾਕੀਆਂ ਦੇ ਉੱਤੇ ਲੱਗ ਹੀ ਨਹੀਂ ਰਿਹਾ। ਮਤਲਬ ਕਿ 18 ਪੈਸੇ ਦਾ ਮਤਲਬ 80% ਵੋਟਰ ਰਾਜਾ ਬੜਿੰਗ ਨੂੰ ਵੋਟ ਕਾਸਟ ਕਰ ਰਿਹਾ। ਪਰ ਉਹ ਬਿੱਟੂ ਜੀ ਕਹਿ ਰਹੇ ਨੇ ਜੀ ਕਿ ਮੈਂ ਤਾਂ ਮੋਦੀ ਜੀ ਦੀ ਦੋਸਤੀ ਸੀ, ਉਹਨਾਂ ਨੂੰ ਮੇਰੀ ਦੋਸਤੀ ਪਸੰਦ ਆਈ ਅਤੇ ਉਹਨਾਂ ਨੇ ਮੈਨੂੰ ਆਪਣੇ ਨਾਲ ਅਪਣਾ ਲਿਆ। ਮੁਬਾਰਕ ਹੋਵੇ ਉਹਨਾਂ ਨੂੰ ਉਹਨਾਂ ਦੀ ਦੋਸਤੀ, ਅਸੀਂ ਬਿੱਟੂ ਜੀ ਤੋਂ, ਮੋਦੀ ਸਾਹਿਬ ਤੋਂ ਉਹਨਾਂ ਦੀ ਦੋਸਤੀ ਨੂੰ ਤੋੜ ਕੇ ਲੈਣਾ ਕੀ ਆ? ਕਹਿੰਦੇ ਆਪਣੀ ਵਾਰ 400 ਪਾਰ ਕਰ ਰਹੇ ਹੋ, ਅਤੇ 400 ਪਾਰ ਕੀ ਪਤਾ 400 ਪਾਰ ਪੈਟਰੋਲ ਹੋਣਾ, ਗਾਂ ਤਾਂ ਨਹੀਂ ਕੁਛ ਲਿਖਿਆ, ਆਪਣੀ ਵਾਰ 400 ਪਾਰ ਇਹੀ ਲਿਖਿਆ ਨਾ, ਕੀ ਪਤਾ ਪੈਟਰੋਲ 400 ਪਾਰ ਹੋਣਾ, ਆਟੇ ਦੀ ਥੈਲੀ 400 ਪਾਰ ਹੋਣੀ ਆ, ਸਰੋਂ ਦਾ ਤੇਲ 400 ਪਾਰ ਹੋਣਾ, ਇਹ ਤਾਂ ਨਹੀਂ ਪਤਾ ਪਿਆਜ਼ 400 ਪਾਰ ਹੋਣਾ, ਅਦਰਕ 400 ਪਾਰ ਹੋਣਾ। ਇਹ ਆ ਤੁਹਾਡਾ ਜਿਹੜਾ ਮੀਡੀਆ ਨਾ, ਇਹ ਹੁਣ ਪਿਆਜ਼ ਦੇ ਪੱਤੇ ਵਾਂਗੂ ਛਿੱਲਾਂ ਲਾ ਰਿਹਾ, 400 ਤੋਂ 300, 300 ਤੋਂ 250, 250 ਤੋਂ 200, ਹੁਣ ਤਾਂ ਰੁੰਡ ਹੋਰ ਗਲੋਟੇ ਖਾਣ ਲੱਗ ਗਈ, 200 ਤੋਂ ਵੀ ਥੱਲੇ ਕਹਾਣੀ ਚੱਲੇਗੀ। ਦੇਸ਼ ਦੇ ਲੋਕਾਂ ਨੂੰ ਕ੍ਰਿਮੀਨਲ ਹਾਰਮਨੀ ਦੀ ਜ਼ਰੂਰਤ ਆ। ਮੇਰੇ ਗੁਆਂਢ ਦੇ ਵਿੱਚ ਰਹਿੰਦਾ ਸ਼ਰਮਾ ਜੀ, ਮੈਨੂੰ ਅੱਧੀ ਰਾਤ ਲੋੜ ਪੈ ਜਾਵੇ ਅਤੇ ਮੇਰਾ ਸਕਾ ਭਾਈ ਬਣ ਕੇ ਖੜ੍ਹਾ ਹੋਵੇ। ਸਾਡੇ ਮੁਹੱਲੇ ਦੇ ਵਿੱਚ ਰਹਿੰਦਾ ਮੁਹੰਮਦ ਆਲਮ, ਉਹਨੂੰ ਕੋਈ ਲੋੜ ਪੈ ਜਾਵੇ ਮੈਂ ਅਤੇ ਸ਼ਰਮਾ ਜੀ ਭੱਜ ਕੇ ਜਾਈਏ ਉਹਦੇ ਭਰਾ ਬਣ ਕੇ। ਵਿਲੀਅਮ ਨੂੰ ਕੋਈ ਜ਼ਰੂਰਤ ਪੈ ਜਾਵੇ ਅਤੇ ਅਸੀਂ 3 ਵਿਲੀਅਮ ਦੇ ਦੁਆਲੇ ਖੜ੍ਹੇ ਹੋਈਏ, ਅਨੇਕਤਾ ਦੇ ਵਿੱਚ ਏਕਤਾ। ਸਾਨੂੰ ਮੁਹੱਬਤ ਦੀ ਦੁਕਾਨ ਚਾਹੀਦੀ ਆ, ਮੁਹੱਬਤ ਦੀ ਦੁਕਾਨ ਦਾ ਪੈਗਾਮ ਦੇਣ ਵਾਲਾ ਦੋਸਤ ਅੱਜ ਲੋਕਾਂ ਦੀ ਪਸੰਦ ਬਣਿਆ ਹੋਇਆ। ਬਾਬੇ ਦੀ ਕਿਰਪਾ, 4 ਤਰੀਕ ਨੂੰ ਰਿਜ਼ਲਟ ਆਉਣਗੇ ਅਤੇ ਕਾਂਗਰਸ ਪਾਰਟੀ ਦੇਸ਼ ਦੇ ਅੰਦਰ ਸਰਕਾਰ ਬਣਾਓ। ਪੱਪੀ ਜੀ ਕਹਿੰਦੇ ਨੇ ਕਿ 4 ਤਰੀਕ ਨੂੰ ਸ਼ਾਮੀ 5 ਵਜੇ ਰਾਜਾ ਬੜਿੰਗ ਨੇ ਭੱਜਣਾ, ਅਤੇ ਯਾਰ ਇਹ ਸਮਾਂ ਆਊਗਾ ਹੁਣ ਮੈਂ ਇਹਨਾਂ ਦੀਆਂ ਗੱਲਾਂ ਦਾ ਕੀ ਜਵਾਬ ਦੇਵਾਂ? 13-0 ਹੋਗਾ ਉਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ। ਮੇਰੀ ਸੁਣੋ ਗੱਲ, ਇੱਕ ਮਿੰਟ, ਇੱਕ ਪਾਸੇ 13-0, ਇੱਕ ਪਾਸੇ 400, ਮਤਲਬ ਕਿ ਲੱਖਾਂ
ਕੁਰਬਾਨੀਆਂ ਦੇਣ ਤੋਂ ਬਾਅਦ, ਆਜ਼ਾਦੀ ਤੋਂ ਬਾਅਦ ਸਾਨੂੰ ਵੋਟ ਦਾ ਰਾਈਟ ਮਿਲਿਆ। ਤੁਸੀਂ ਮਤਲਬ ਵੋਟ ਦੇ ਰਾਈਟ ਨੂੰ ਆਪਣੇ ਬਾਪ ਦੀ ਜ਼ਗੀਰ ਸਮਝ ਲਿਆ? ਤੁਸੀਂ ਕਹਿੰਦੇ 13-0, ਉਹ ਕਹਿੰਦੇ ਲੋਕ ਪਿਆਰ ਕਰ, ਗਲਤ ਆ ਸੁਣ ਲਓ, ਕਹਿੰਦੇ ਲੋਕ ਸਾਨੂੰ ਪਿਆਰ ਕਰਦੇ, ਗਲਤ 13-0 ਦਾ ਮਤਲਬ, 400 ਦਾ ਮਤਲਬ ਕੀ ਆ ਕਿ ਜਿਹੜਾ ਵੱਡੀਆਂ ਸ਼ਹਾਦਤਾਂ ਤੋਂ ਬਾਅਦ ਵੋਟ ਦਾ ਅਧਿਕਾਰ ਮਿਲਿਆ, ਤੁਸੀਂ ਉਹਨੂੰ ਪਹਿਲਾਂ ਹੀ ਆਂਕ ਲਿਆ ਵੀ ਇਹ ਸਾਰਾ ਕੁਛ ਮੇਰੀ ਜੇਬ ਦੇ ਵਿੱਚ ਆ, ਮੈਂ ਦੱਸੂੰਗਾ ਵੀ 13-0, ਨਾ ਮੈਂ 400 ਕਹਿਣਾ ਨਾ 13-0 ਕਹਿਣਾ। ਮੈਂ ਤਾਂ ਸੰਗਤ ਦੇ ਫੇਸ ਪੜ੍ਹ ਕੇ, ਸੰਗਤ ਦਾ ਔਰਾ ਦੇਖ ਕੇ, ਸੰਗਤ ਦਾ ਜੋਸ਼ ਦੇਖ ਕੇ ਕਹਿ ਸਕਦਾ ਸਾਡਾ ਰਾਜਾ 1,00,000 ਤੋਂ ਵੱਧ ਦੀ ਲੀਡ ਨਾਲ ਲੋਕ ਸਭਾ 'ਚ ਗੱਜੂਗਾ। ਇੱਕ ਸਵਾਲ ਹੈ, ਕੁੰਵਰ ਵਿਜੇ ਪ੍ਰਤਾਪ ਨੂੰ ਕਿਵੇਂ ਦੇਖਦੇ ਹੋ, ਇਮਾਨਦਾਰੀ ਨਾਲ ਦਿਲ 'ਤੇ ਹੱਥ ਰੱਖ ਕੇ? ਸੋ ਬੜਾ ਯਾਰ ਚੰਗਾ, ਪਰ ਉਹ ਪਾਰਟੀ ਨੂੰ ਚੰਗੇ ਲੋਕ ਨਹੀਂ ਚਾਹੀਦੇ, ਪੱਪੂ ਚਾਹੀਦੇ ਆ ਜਿਹੜੇ ਮੱਝ ਨੂੰ ਝੋਟਾ ਕਹਿਣ ਅਤੇ ਝੋਟੇ ਨੂੰ ਮੱਝ ਕਹਿਣ, ਉਹ ਕਹਿਣ ਹਾਂਜੀ, ਉਹ ਕਹਿ ਦੇਣ ਵੀ ਇਹ ਮੱਝ ਖੜੀ ਆ ਬੋਲੋ, ਝੋਟਾ ਕਹਿ ਦੇਣ ਹਾਂਜੀ ਝੋਟਾ, ਉਹਨਾਂ ਨੂੰ ਉਹ ਲੋਕ ਪਸੰਦ ਆ। ਕੁੰਵਰ ਵਿਜੇ ਪ੍ਰਤਾਪ ਨੂੰ ਤੁਸੀਂ ਕਿਵੇਂ ਦੇਖਦੇ? ਮੈਂ ਕਹਿੰਦਾ ਓਨੈਸਟ ਅਫੀਸਰ ਹੈਗਾ, ਜੁਰਤਾਲਾ ਸੀ, ਉਹਨੂੰ ਸਰਕਾਰ ਦੇ ਵਿੱਚ ਕੋਈ ਪੋਜੀਸ਼ਨ ਦੇਣੀ ਚਾਹੀਦੀ ਸੀ, ਕਿਤੇ ਨਾ ਕਿਤੇ ਲਾਅ ਐਂਡ ਆਰਡਰ। ਅੱਜ ਇੱਕ ਅੰਦਰ ਬੀਬੀ ਬੈਠੀ ਆਪਣੇ ਘਰ ਦੇ ਅੰਦਰ ਵੀ ਸੇਫ ਨਹੀਂ, ਵੀਡੀਓਜ਼ ਆਉਂਦੀਆਂ ਨਾ, ਘਰ ਦੇ ਅੰਦਰ ਆ ਕੇ ਸਨੈਚਿੰਗ ਕਰਕੇ ਲੈ ਜਾਂਦਾ, ਇਹ ਲਾਅ ਐਂਡ ਆਰਡਰ ਹੈਗਾ? ਬੇਅਦਬੀ ਦੇ ਮੁੱਦੇ 'ਤੇ ਉਹਨਾਂ ਨੇ ਕਿਹਾ ਜੀ ਮੈਨੂੰ ਨਹੀਂ ਕੋਈ ਦੱਬ ਸਕਦਾ, ਮੇਰਾ ਬੇਅਦਬੀ ਦਾ ਮੁੱਦਾ ਸਟੈਂਡ ਰਹੇਗਾ। ਇਸ ਕਰਕੇ ਤੁਹਾਨੂੰ ਸਵਾਲ ਪੁੱਛ ਰਹੇ ਹਾਂ ਕਿਉਂਕਿ ਤੁਸੀਂ ਵੀ ਬੇਅਦਬੀ ਦੇ ਮੁੱਦੇ ਦੇ ਉੱਤੇ ਗੱਲ ਚੱਕਦੇ ਰਹੇ। ਸੋ ਅਸੀਂ ਜਿਹੜੇ ਗੁਰੂ ਸਾਹਿਬ ਦੇ ਸਰੂਪ, ਇਹ ਕਹਿ ਲਈਏ ਵੀ ਮਿਸਪਲੇਸ ਮਿਲ ਨਹੀਂ ਰਹੇ, ਉਹਨਾਂ ਦੀ ਦਰਖਾਸਤ ਕਾਰਵਾਈ ਕਰਨ ਹਿੱਤ ਪੁਲਿਸ ਕਮਿਸ਼ਨਰ ਲੁਧਿਆਣਾ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਜਥੇਦਾਰ ਬਲਵਿੰਦਰ ਸਿੰਘ ਜੀ ਬੈਂਸ ਇੱਕ ਡੈਪੂਟੇਸ਼ਨ ਲੈ ਕੇ ਗਏ ਸੀ, ਐਂਡ ਅਸੀਂ ਇਲੈਕਸ਼ਨ ਤੋਂ ਬਾਅਦ ਪੁਲਿਸ ਅੰਮ੍ਰਿਤਸਰ ਦੇ ਕੋਲ ਦੁਬਾਰਾ ਜਾਵਾਂਗੇ ਕਿ ਉਹਦੇ 'ਤੇ ਕਾਰਵਾਈ ਕੀ ਹੋਈ ਹੈ, ਉਹਦੇ 'ਤੇ ਕੀ ਫਰਦਰ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ। ਸੋ ਇਨਸਿਸਟ ਕਰਾਂਗੇ ਕਿ ਪਰਚਾ ਦਰਜ ਕਰੋ, ਜਿਹੜੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਚਾਰਜ ਕਰੋ। ਰਾਜਾ ਜੀ ਵਾਸਤੇ ਤੁਸੀਂ ਪ੍ਰਚਾਰ ਕਰ ਰਹੇ ਹੋ, ਪਰ ਲੁਧਿਆਣਾ ਕੀ ਮੰਗ ਰਿਹਾ ਇਸ ਵੇਲੇ, ਕਿਹਨਾਂ ਚੀਜ਼ਾਂ ਦੀ ਲੋੜ ਆ ਲੁਧਿਆਣੇ ਨੂੰ? ਲੁਧਿਆਣਾ ਮੰਗ ਰਿਹਾ ਏਮਜ਼ ਹੋਸਪਿਟਲ, ਲੁਧਿਆਣਾ ਮੰਗ ਰਿਹਾ ਇੰਡਸਟਰੀ ਲਈ ਪੈਕੇਜ, ਲੁਧਿਆਣਾ ਮੰਗ ਰਿਹਾ ਜਿਹੜਾ ਦੁਰਦਸ਼ਾ ਹੋਈ ਆ ਲੁਧਿਆਣੇ ਦੇ ਅੰਦਰ, ਕੇਂਦਰ ਸਰਕਾਰ ਨੇ 1 ਰੁਪਈਏ ਦਾ ਕਿਤੇ ਕੋਈ ਫੰਡ ਲੁਧਿਆਣਾ ਦੀ ਇੰਡਸਟਰੀ ਦੀ ਬਿਹਤਰੀ ਵਾਸਤੇ ਦਿੱਤਾ ਹੋਵੇ, ਇੰਡਸਟਰੀ ਦੀ ਭਗਵੰਤ ਮਾਨ ਆਏ ਸੀ ਲੁਧਿਆਣੇ, ਉਹ ਕਹਿੰਦੇ ਮੈਂ ਤਾਂ ਇੰਨਾ ਕੁਛ ਦੇ ਦਿੱਤਾ ਅਤੇ ਹੁਣ ਤਾਂ ਕੋਈ ਕਮੀ ਨਹੀਂ ਰਹੀ। ਕਿੱਥੇ ਸੁੱਟ ਗਏ ਸਾਨੂੰ ਵੀ ਦੱਸ ਦਿਓ, ਅਸੀਂ ਵੀ ਜਾ ਕੇ ਲੋਕਾਂ ਨੂੰ ਦੱਸ ਦਈਏ ਵੀ ਭਗਵੰਤ ਮਾਨ ਜੀ ਫਲਾਂ ਪਲਾਟ ਦੇ ਵਿੱਚ ਸੁੱਟ ਗਏ ਸਮਾਨ, ਅਤੇ ਚੱਕ ਕੇ ਆਪਾਂ ਆਪਣੇ ਏਰੀਆ ਦੀ ਡਿਵੈਲਪਮੈਂਟ ਕਰਾ ਲਈਏ। ਹੁਣ ਮੰਗਾਂ ਕੀ ਨੇ ਲੁਧਿਆਣੇ ਦੀਆਂ? ਸੋ ਮੈਂ ਦੱਸ ਕੇ ਹਟਿਆ, ਲੁਧਿਆਣਾ ਲੱਪ ਲੱਪ ਭਰਿਆ ਹੋਇਆ ਸਮੱਸਿਆਵਾਂ ਦੇ ਨਾਲ। ਅਸੀਂ ਕਿਸੇ ਪ੍ਰੋਗਰਾਮ 'ਚ ਜਾਣਾ ਹੋਵੇ, ਪ੍ਰੋਗਰਾਮ 12 ਵਜੇ ਦਾ ਹੋਵੇ, ਅਸੀਂ ਘਰੋਂ 10:30-11 ਨਿਕਲ ਪੈਂਦੇ ਹਾਂ ਵੀ ਰਾਹ ਦੇ ਵਿੱਚ ਟ੍ਰੈਫਿਕ ਜਾਮ ਲੱਗੇ ਹੋਣਗੇ, ਇਨਫਰਾ ਕਿਹਨੇ ਡਿਵੈਲਪ ਕਰਨਾ ਸੀਗਾ, ਇੰਡਸਟਰੀ ਦੀ ਬਾਂਹ ਕਿਹਨੇ ਫੜਨੀ ਸੀਗੀ, ਗੰਦਾ ਨਾਲਾ ਜਿਹੜਾ ਇੱਕ ਭਖਦਾ ਮਸਲਾ ਉਹਨੂੰ ਕਦੇ ਠੰਡਾ ਕਰ ਲੈਂਦੇ ਆ, ਲੋੜ ਪੈਂਦੀ ਆ ਫੂਕਾਂ ਮਾਰਨ ਲੱਗ ਜਾਂਦੇ ਆ। ਲੁਧਿਆਣੇ ਦੇ ਅੰਦਰ ਸਮੱਸਿਆਵਾਂ ਦੇ ਅੰਬਾਰ ਲੱਗੇ ਹੋਏ ਆ, ਇਹ ਸਮੱਸਿਆਵਾਂ ਦੇ ਸਮਾਧਾਨ ਲੋਕ ਸਭਾ ਦੇ ਵਿੱਚ ਸ਼ੇਰ ਬਣ ਕੇ ਗਰਜੂਗਾ ਰਾਜਾ ਵੜਿੰਗ, ਅਤੇ ਹੱਲ ਜ਼ਰੂਰ ਕਰਾਊਗਾ। ਤੁਸੀਂ ਸਿਪਾਹੀ ਬਣੋਗੇ? ਅਤੇ ਮੈਂ ਦੋਸਤ ਆ ਉਹਦਾ, ਮੈਂ ਸਿਪਾਹੀ ਹਾਂ, ਅਸੀਂ ਸਾਰੇ ਉਹਦੀ ਫੌਜ ਦੇ ਸਿਪਾਹੀ ਹੈਗੇ ਹਾਂ। 5 ਤਰੀਕ ਤੋਂ ਬਾਅਦ ਐਕਟਿਵ 101% ਮੈਂ ਲੋਕਾਂ ਨੂੰ, ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ, ਜੇ ਮੈਂ 26 ਮਹੀਨੇ ਐਕਟਿਵ ਪੋਲੀਟਿਕਸ ਅਤੇ ਐਕਟਿਵ ਸੇਵਾ ਦੇ ਸਫ਼ਰ ਤੋਂ ਪਰੇ ਰਿਹਾ, ਉਹਦੇ ਲਈ ਮੁਆਫ਼ੀ ਆ। 5 ਤਰੀਕ ਨੂੰ ਪੁਰਾਣੇ ਰੂਪ ਦੇ ਵਿੱਚ ਹਾਜ਼ਰ, ਪਰਚੀ ਚੱਲੂ ਦੁਬਾਰਾ ਫਿਰ? ਮੈਂ ਪੁਰਾਣੇ ਰੂਪ ਦੇ ਵਿੱਚ ਹਾਜ਼ਰ, ਪਰਚੀ ਦਾ ਲੰਗਰ, ਪਰਚੀ ਦਾ ਲੰਗਰ, ਫਿਰ ਦੁਬਾਰਾ ਲੋਕਾਂ ਦੇ ਮਸਲੇ ਹੱਲ। 101% ਬੈਂਸ ਦਾ ਸ਼ੌਕ ਹੈਗਾ ਸੰਗਤ ਦੀ ਸੇਵਾ, ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਸੋ ਆਦਤ ਨਹੀਂ ਜਾਣੀ। 5 ਤਰੀਕ ਤੋਂ ਦੁਬਾਰਾ ਸੰਗਤ ਦੀ ਸੇਵਾ ਦੇ ਵਿੱਚ ਪੁਰਾਣੇ ਰੂਪ ਨੂੰ ਲੈ ਕੇ ਸਿਮਰ ਬੈਂਸ ਫਿਰ ਹਾਜ਼ਰ ਹੈ। ਸ਼ੁਕਰੀਆ। ਤਾਂ ਸਨ ਸਿਮਰਜੀਤ ਸਿੰਘ ਬੈਂਸ ਜਿਹਨਾਂ ਨਾਲ ਗੱਲਬਾਤ ਕੀਤੀ ਹੈ। ਤਾਂ ਕਾਂਗਰਸ ਖੇਮੇ 'ਚ ਨੇ ਇਸ ਵੇਲੇ, ਰਾਜਾ ਵੜਿੰਗ ਦੀ ਸਪੋਰਟ ਕਰ ਰਹੇ ਨੇ, ਤਾਂ
ਔਰ ਰਾਜਨੀਤੀ ਦੀ ਜੋ ਗੱਲਾਂ ਨੇ ਔਰ ਜੋ ਲੁਧਿਆਣੇ ਦੇ ਮੁੱਦੇ 'ਤੇ ਉਹਦੇ 'ਤੇ ਵਿਭਾਗ ਚਰਚਾ ਕਰਦੇ ਨਜ਼ਰ ਆਏ ਨੇ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀ ਵੀ, ਲੁਧਿਆਣਾ।